ਹਿੰਦੁਸਤਾਨ ਚੋਂ ਆਏ ਆ ਇੱਧਰ, ਉਦੋਂ ਉਮਰ ਕਿੰਨੀ ਸੀ ਤੇਰੀ? 60 ਸਾਲ। ਨਹੀਂ ਨਹੀਂ, ਜਦੋਂ ਉਧਰੋਂ ਆਏ ਪਾਕਿਸਤਾਨ ਨੂੰ? ਆਹੋ 7 ਸਾਲ। 7 ਸਾਲ ਸੀ? ਹਾਂ ਸਹੀ ਆ। ਤੇ ਪਿੰਡ ਪੁੰਡ ਦਾ ਨਾਮ, ਜ਼ਿਲ੍ਹੇ ਦਾ ਨਾਮ? ਅੱਛਾ, ਹਾਂ ਉਹ ਸਾਰਾ ਕੁਛ। ਅੱਛਾ, ਅਸੀਂ ਲੁਧਿਆਣੇ ਜ਼ਿਲ੍ਹੇ ਦੇ ਹਾਂ। ਹਾਂ, ਆਂਡਲੋ ਹਲਵਾਰਾ ਸਾਡਾ ਪਿੰਡ ਸੀ। ਅੱਛਾ, ਹਲਵਾਰੇ ਦਾ ਅੱਡਾ ਸੀ, ਅੰਗਰੇਜ਼ ਨੇ ਉੱਥੇ ਅੱਡਾ ਮਨਜ਼ੂਰ ਕੀਤਾ। ਅੱਛਾ, ਜਦ ਗਿਆ ਨਾ ਹਲਵਾਰੇ ਅੱਡਾ ਦੇਖਣ, ਹਲਵਾਰਾ ਸਾਰਾ ਪੁਲਿਸ ਸੀ। ਅੱਛਾ, ਸਾਡਾ ਪਿੰਡ ਸਾਰਾ ਮਿਲਟਰੀ ਸੀ। ਸਾਡੇ ਜਿਹੜੇ 5 ਪੁੱਤ ਸੀ ਨਾ, 5 ਫੌਜੀ ਸੀ। ਅੱਛਾ, ਜਿਹਦੇ 4 ਸੀ, 4 ਫੌਜੀ। ਜਿਹੜਾ ਡੁੱਡਾ ਲੰਗੜਾ ਅੰਗਰੇਜ਼ ਕਹਿੰਦਾ ਸੀ ਨਹੀਂ ਤਾਂ ਫੌਜ ਭਰਤੀ ਹੋ ਸਕਦਾ, ਉਹ ਰਹਿ ਜਾਂਦਾ, ਬਾਕੀ ਸਾਰੇ ਫੌਜ 'ਚ ਸੀ, ਫੌਜ ਭਰਤੀ ਹੋ ਜਾਂਦੇ। ਅਤੇ 16 ਮੀਲ ਪਿੰਡੋਂ ਬਾਹਰ ਹਲਵਾਰੇ ਦੇ ਨਾਲ ਸਾਡਾ ਪਿੰਡ ਆਡੂ ਹਲਵਾਰਾ, ਦੋਵੇਂ ਦੇ ਜਪੂਤਾਂ ਦੇ ਪਿੰਡ ਬੈਠ ਗਏ ਮਸ਼ਹੂਰ। ਅਤੇ ਉਹ ਜਿਸ ਵੇਲੇ ਆਹ ਸੰਨ 1947 ਬਣਿਆ ਨਾ, ਕਹਿੰਦੇ ਆ ਪਾਕਿਸਤਾਨ ਬਣਨ ਲੱਗਿਆ, ਉਦੋਂ ਕਹਿੰਦੇ ਵੀ ਇਹ ਸਾਡਾ ਪਿੰਡ ਹਿੰਦੁਸਤਾਨ 'ਚ ਚਲੇ ਗਿਆ, ਪਾਕਿਸਤਾਨ ਹਿੰਦੁਸਤਾਨ ਬਣ ਜਾਣਾ। ਉਹ ਕਹਿੰਦੇ ਵੀ ਗੱਲ ਇਹ ਹੈ, ਇੱਥੇ ਰਹਿਣਾ ਆਪਾਂ ਨੇ ਕੋਈ ਨਹੀਂ, ਜਿਹੜੇ ਮੁਸਲਮਾਨ ਸੀ ਸਮਝਦਾਰ, ਉਹ ਕਹਿੰਦਾ ਜੀ ਆਪਾਂ ਪਾਕਿਸਤਾਨ 'ਚ ਚਲੇ ਜਾਣਾ, ਮੁਸਲਮਾਨਾਂ ਨੇ ਰਹਿਣਾ ਹੋ ਗਿਆ। ਅਤੇ ਉਹ ਅੱਬੇ ਨੂੰ ਨੂਰ ਮੁਹੰਮਦ ਜੱਟ ਕਹਿੰਦਾ ਵੀ ਤੂੰ ਆਪਣਾ ਇੱਕ ਮੁੰਡਾ ਇੱਕ ਕੁੜੀ ਚੱਕ ਲਿਆ, ਅਸੀਂ